ਸੌਣੀ ਦੇ ਚਾਰੇ ਦੇ ਗੈਰ ਹਲੀਦਾਰ ਖਾਸ ਕਰਕੇ ਇਹਨਾਂ ਦੇ ਵਿੱਚ ਇੱਕ ਮਾੜੇ ਤੱਤ ਆਉਂਦੇ ਆ। ਚਰੀ ਦੇ ਵਿੱਚ ਇੱਕ ਤੱਤ ਹੁੰਦਾ ਸਾਇਨਾਈਟ, ਕਿ ਜੇ ਯੂਰੀਆ ਖਾਦ ਵੱਧ ਪੈ ਗਈ ਤਾਂ ਉਹਦੇ ਨਾਲ ਨਾਈਟ੍ਰੇਟ ਪੋਇਜ਼ਨਿੰਗ ਦਾ ਡਰ ਹੁੰਦਾ ਡੰਗਰ। ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਬਰਿੰਦਰ ਸਿੰਘ ਸੈਂਫਲਪੁਰ ਤੁਹਾਡੇ ਆਪਣੇ YouTube ਚੈਨਲ ਪਿੰਡੂ ਕਿੱਤੇ ਉੱਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਅੱਜ ਆਪਾਂ ਪਹੁੰਚੇ ਹਾਂ ਮੋਹਾਲੀ ਸ਼ਹਿਰ ਵਿੱਚ। ਜਿਵੇਂ ਕਿ ਹੁਣ ਗਰਮੀ ਦਾ ਮੌਸਮ ਸ਼ੁਰੂ ਹੋ ਰਿਹਾ ਹੈ ਤੇ ਜਿਹੜੇ ਕਿਸਾਨ ਵੀਰ ਸਾਰਾ ਸਾਲ ਪਰ ਹਰਾ ਚਾਰਾ ਹੀ ਆਪਣੇ ਪਸ਼ੂਆਂ ਨੂੰ ਪਾਉਂਦੇ ਹਨ, ਉਹਨਾਂ ਨੇ ਹੁਣ ਗਰਮੀ ਦੇ ਹਰੇ ਚਾਰਿਆਂ ਦੀ ਬਿਜਾਈ ਸ਼ੁਰੂ ਕਰਨ ਲੱਗ ਰਹੇ ਨੇ। ਤੇ ਹਰੇ ਚਾਰੇ 'ਚ ਕਾਫੀ ਗੱਲਾਂ ਹੁੰਦੀਆਂ ਨੇ ਵੀ ਉਹਦਾ ਬਿਜਾਈ ਦਾ ਟਾਈਮ ਕੀ ਹੈ, ਕਿਹੜੀ ਟਾਈਮ ਉਹਨੂੰ ਕੱਟਿਆ ਜਾਵੇ, ਕਿਉਂਕਿ ਇਹਦੇ ਵਿੱਚ ਕਈ ਵਾਰ ਛੋਟੇ ਚਾਰਿਆਂ 'ਚ ਜਦੋਂ ਏਜ ਘੱਟ ਹੁੰਦੀ ਹੈ ਚਾਰੇ ਦੀ ਤਾਂ ਕਈ ਪ੍ਰਕਾਰ ਦੇ ਜ਼ਹਿਰੀਲੇ ਤੱਤ ਹੋ ਸਕਦੇ ਹੈ। ਤੇ ਉਹਨਾਂ ਦੀ ਅਵੇਅਰਨੈਸ ਵਾਸਤੇ ਤੇ ਉਹਨਾਂ ਗੱਲਾਂ ਦੀ ਨੌਲੇਜ ਲੈਣ ਵਾਸਤੇ ਆਪਣੇ ਨਾਲ ਨੇ ਡਾਕਟਰ ਗੁਰਨਾਮ ਸਿੰਘ ਸੇਖੋ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਡਾਕਟਰ ਸਾਹਿਬ ਹਰਿਆ ਚਾਰਿਆਂ ਦੇ ਮਾਹਰ ਅਫਸਰ ਨੇ, ਮੋਹਾਲੀ 'ਚ ਇਸ ਟਾਈਮ ਆਪਣੀ ਡਿਊਟੀ ਨਿਭਾ ਰਹੇ ਨੇ ਤੇ ਆਪਾਂ ਡਾਕਟਰ ਸਾਹਿਬ ਨਾਲ ਗੱਲ ਕਰਦੇ ਹਾਂ। ਤੇ ਡਾਕਟਰ ਸਾਹਿਬ ਤੁਸੀਂ ਦੱਸੋ ਵੀ ਕਿਹੜਾ ਹਰਾ ਚਾਰਾ ਚੰਗਾ ਹੈ ਤੇ ਕਿਹੜੇ ਕਿਹੜੇ ਹਰੇ ਚਾਰੇ ਜ਼ਿਆਦਾਤਰ ਬੀਜੇ ਜਾਂਦੇ ਨੇ ਆਪਣੇ? ਵਰਿੰਦਰ ਜੀ ਜਦੋਂ ਆਪਾਂ ਗੱਲ ਹਰੇ ਚਾਰਿਆਂ ਦੀ ਕਰਦੇ ਹਾਂ, ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਡੈਰੀ ਕਿੱਤਾ ਉਹ ਖੇਤੀਬਾੜੀ ਦੇ ਵਿੱਚ ਮੁੱਖ ਕਿੱਤੇ ਦੇ ਤੌਰ ਤੇ ਚੱਲ ਰਿਹਾ ਪੰਜਾਬ ਦੇ ਵਿੱਚ, ਤੇ ਜਿਹੜਾ ਕੋਈ ਵੀ ਕਿੱਤਾ ਉਹ ਉਦੋਂ ਹੀ ਕਾਮਯਾਬ ਗਿਣਿਆ ਜਾ ਸਕਦਾ ਜਦੋਂ ਉਹਦੇ ਵਿੱਚ ਆਪਾਂ ਘੱਟ ਤੋਂ ਘੱਟ ਖਰਚਾ ਕਰਕੇ ਵੱਧ ਤੋਂ ਵੱਧ ਮੁਨਾਫਾ ਕਮਾਈਏ। ਹਾਂਜੀ, ਤੇ ਡੇਅਰੀ ਕਿੱਤੇ ਵਿੱਚ ਖਾਸ ਕਰਕੇ ਜਦੋਂ ਆਪਾਂ ਘੱਟ ਤੋਂ ਘੱਟ ਖਰਚੇ ਦੀ ਗੱਲ ਕਰਦੇ ਹਾਂ ਤਾਂ ਦੁੱਧ ਪੈਦਾ ਕਰਨ ਦਾ ਤਕਰੀਬਨ 65-70% ਖਰਚਾ, ਜਿਵੇਂ ਕਹਿ ਲਈਏ ਵੀ 2/3 ਖਰਚਾ ਖਾਦ ਖੁਰਾਕ ਤੇ ਪਸ਼ੂਆਂ ਦੇ ਹੁੰਦਾ। ਹਾਂਜੀ, ਉਹ ਖਾਦ ਖੁਰਾਕ ਵਿੱਚ ਜਿਹੜੇ ਪਸ਼ੂ ਨੂੰ ਲੋੜੀਂਦੇ ਤੱਤ ਆ, ਕਿਉਂਕਿ ਦੁੱਧ ਇੱਕ ਅਜਿਹੀ ਚੀਜ਼ ਆ ਜਿਹਨੂੰ ਆਪਣੇ ਬਾਣੀ 'ਚ ਵੀ ਅੰਮ੍ਰਿਤ ਦਾ ਦਰਜਾ ਦਿੱਤਾ ਆ, ਕਿਉਂਕਿ ਆਮ ਤੌਰ ਤੇ ਆਪਾਂ ਬਾਣੀ 'ਚ ਆਉਂਦਾ ਵੀ ਖੜ ਖਾਵੇ ਅੰਮ੍ਰਿਤ ਦੇਵੇ। ਅੰਮ੍ਰਿਤ ਇਸ ਕਰਕੇ ਕਹਿੰਦੇ ਆ, ਉਹਦੇ ਵਿੱਚ ਜਿਹੜੇ ਆਪਣੇ ਮਨੁੱਖੀ ਸਰੀਰਕ ਵਾਧੇ ਲਈ ਤੱਤ ਨੇ ਜਿਵੇਂ ਕੈਲਸ਼ੀਅਮ ਆ, ਫਾਸਫੋਰਸ ਆ, ਵਿਟਾਮਿਨ ਏ ਆ, ਪ੍ਰੋਟੀਨ ਆ, ਨੌਨ ਵੈਜ, ਉਹ ਇਹਨਾਂ ਤੋਂ ਮਿਲਦੀ ਹੈ ਆਪਣੇ ਲੋਕਾਂ ਨੂੰ ਖਾਣ ਨੂੰ। ਦੂਸਰੇ ਪਾਸੇ ਆਪਣੇ ਪੰਜਾਬ ਦੇ ਲੋਕ ਦੁੱਧ ਘਿਓ ਦੇ ਵੈਸੇ ਵੀ ਸ਼ੌਕੀਨ ਆ, ਉਸ ਲਈ ਜੇ ਕਿਤੇ ਨੂੰ ਕਾਮਯਾਬ ਕਰਨਾ ਤਾਂ ਜਿਹੜੇ ਡੰਗਰ ਨੂੰ ਇਹ ਤੱਤ ਲੋੜੀਂਦੇ ਨੇ, 6 ਤੱਤ ਹੁੰਦੇ ਆ ਇਹ, ਇੱਕ ਪ੍ਰੋਟੀਨ ਆ, ਕਾਰਬੋਹਾਈਡਰੇਟ ਆ, ਧਾਤਾਂ ਨੇ, ਵਿਟਾਮਿਨ ਨੇ, ਫੈਟ ਆ ਤੇ ਪਾਣੀ ਆ। ਇਹ ਤੱਤ ਆਪਾਂ ਪੂਰੇ ਜੇ ਦੇਵਾਂਗੇ ਤਾਂ ਹੀ ਡੰਗਰਾਂ ਤੋਂ ਆਪਾਂ ਪੂਰਾ ਤੇ ਪੂਰਾ ਦੁੱਧ ਲੈ ਸਕਾਂਗੇ। ਜਿਹੜੇ ਦੋ ਮੇਨ ਤੱਤ ਆ ਪ੍ਰੋਟੀਨ ਤੇ ਕਾਰਬੋਹਾਈਡਰੇਟ, ਇਹ ਸਾਨੂੰ ਸਾਡੀ ਕੋਸ਼ਿਸ਼ ਆਵੇ ਜੇ ਇਸ ਕਿੱਤੇ 'ਚ ਕਾਮਯਾਬ ਹੋਣਾ ਤਾਂ ਇਹ ਦੋਨੇ ਤੱਤ ਸਾਨੂੰ ਹਰਿਆ ਚਾਰਿਆਂ ਤੋਂ, ਸੰਤੁਲਿਤ ਹਰੇ ਚਾਰੇ ਤੋਂ ਉਪਲਬਧ ਕਰਾਉਣੇ ਚਾਹੀਦੇ ਆ। ਤੇ ਇਸ ਕਰਕੇ ਅਸੀਂ ਜ਼ਿਆਦਾ ਜ਼ੋਰ ਇਸ ਤਰ੍ਹਾਂ ਦਿੰਦੇ ਹਾਂ ਵੀ ਦਹੀਂ ਜੇ ਤੱਤ ਹਰੇ ਚਾਰਿਆਂ ਤੋਂ ਨਹੀਂ ਮਿਲਣਗੇ ਫਿਰ ਸਾਨੂੰ ਉਹਦੇ ਖੁਰਾਕ 'ਚ ਦਾਣੇ ਦੇ ਵਿੱਚ ਖਲਾਂ ਦੀ ਵੱਧ ਵਰਤੋਂ ਕਰਨੀ ਪਊ, ਪ੍ਰੋਟੀਨ ਦੇ ਵਾਸਤੇ, ਕਾਰਬੋਹਾਈਡਰੇਟ ਵਾਸਤੇ, ਤਾਕਤ ਵਾਸਤੇ ਜਿਹੜੀ ਆ ਉਹ ਅਨਾਜ ਦੀ ਵੱਧ ਵਰਤੋਂ ਕਰਨੀ ਪਊ, ਫਿਰ ਸਾਡੇ ਦੁੱਧ ਪੈਦਾ ਕਰਨ ਦੇ ਖਰਚੇ ਵਧਣਗੇ। ਇਸ ਕਰਕੇ ਸਾਡੀ ਸਭ ਤੋਂ ਪਹਿਲੀ ਕੋਸ਼ਿਸ਼ ਇਹੀ ਆ ਵੀ ਦੋਨੇ ਤੱਤ ਆ ਜਿਹੜੇ ਸੰਤੁਲਿਤ ਹਰੇ ਚਾਰੇ ਤੋਂ, ਸੰਤੁਲਿਤ ਤੋਂ ਮੇਰਾ ਮਤਲਬ ਵੀ 2 ਤਰ੍ਹਾਂ ਦੇ ਹਰੇ ਚਾਰੇ ਹੁੰਦੇ ਆ, ਇੱਕ ਫਲੀਦਾਰ ਇੱਕ ਗੈਰ ਫਲੀਦਾਰ, ਤੇ ਇਹਨਾਂ ਦੀ ਰੇਸ਼ੋ ਆ ਜਿਹੜੀ ਸੰਤੁਲਿਤ ਕਹਿ ਲਈਏ ਵੀ ਜੇ ਡੰਗਰ ਨੇ 40-50 ਕਿਲੋ ਆਮ ਤੌਰ ਤੇ ਆਪਦੇ ਭਾਰ ਦੇ ਹਿਸਾਬ ਨਾਲ ਹਰਾ ਚਾਰਾ ਖਾਂਦਾ ਤੇ ਉਹਦੇ ਵਿੱਚ ਜੇ ਮੰਨ ਲਓ 40 ਕਿਲੋ ਡੰਗਰ ਨੇ ਹਰਾ ਚਾਰਾ ਖਾਣਾ ਤਾਂ ਉਹਦੇ ਵਿੱਚ 25 ਕਿਲੋ ਗੈਰ ਫਲੀਦਾਰ ਤੇ 15 ਕਿਲੋ ਫਲੀਦਾਰ ਚਾਰਾ ਹੋਣਾ ਚਾਹੀਦਾ ਤਾਂ ਜੋ ਉਹਦੇ ਤੱਤ ਪੂਰੇ ਹੋਣਗੇ ਤੇ ਦਾਣਾ ਘੱਟ ਵਰਤਣਾ ਪਊਗਾ। ਠੀਕ ਹੈ ਜੀ। ਤੇ ਇਹਦੇ ਵਿੱਚ ਹੁਣ ਜਿਵੇਂ ਆਪਣਾ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ, ਇਹਦੇ ਵਿੱਚ ਗੈਰ ਫਲੀਦਾਰ ਤੇ ਫਲੀਦਾਰ ਚਾਰਿਆਂ 'ਚ ਕਿਹੜਾ ਕਿਹੜਾ ਚਾਰਾ ਆਪਾਂ ਨੂੰ ਵਰਤਣਾ ਚਾਹੀਦਾ ਤੇ ਕੀ ਕੀ ਉਹਨਾਂ ਨੂੰ ਬਿਜਾਈ ਟਾਈਮ ਤੇ ਕਟਾਈ ਦੀ ਸਟੇਜ ਕਿਹੜੀ ਹੁੰਦੀ ਹੈ ਜੀ, ਉਹਦੇ ਬਾਰੇ ਜ਼ਰੂਰ ਦੱਸਿਓ ਜੀ ਦਰਸ਼ਕਾਂ ਨੂੰ। ਵਰਿੰਦਰ ਜੀ ਜਿਹੜਾ ਸੌਣੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ, ਅਸੀਂ ਕਹਿੰਦੇ ਆ ਵੀ ਜਿਹੜੇ ਚਾਰਿਆਂ ਦੀ ਬਿਜਾਈ ਆ ਉਹ 15 ਮਾਰਚ ਤੋਂ ਲੈ ਕੇ 15 ਸਤੰਬਰ ਤੱਕ ਸੌਣੀ ਦੇ ਚਾਰਿਆਂ ਦੀ ਬਿਜਾਈ ਚੱਲਦੀ ਰਹਿੰਦੀ ਆ। ਠੀਕ ਹੈ ਜੀ। ਉਹ ਅਸੀਂ ਚਾਹੁੰਦੇ ਹੁੰਦੇ ਆ ਵੀ ਉਸ ਤਰੀਕੇ ਨਾਲ ਬੀਜੀਏ ਤਾਂ ਜੋ ਸਾਨੂੰ ਹਰੇ ਚਾਰੇ ਦੀ ਘਾਟ ਨਾ ਹੋਵੇ। ਜਿਸ ਤਰ੍ਹਾਂ ਮੈਂ ਪਹਿਲੇ ਜ਼ਿਕਰ ਕਰਿਆ ਵੀ ਮੇਨ ਲੋੜ ਆ ਹਰੇ ਚਾਰਿਆਂ ਦੀ ਡੰਗਰਾਂ ਨੂੰ ਸਸਤਾ ਦੁੱਧ ਪੈਦਾ ਕਰਨ ਲਈ। ਇਸ ਕਰਕੇ ਜਿਹੜੇ ਸੌਣੀ ਦੇ ਚਾਰੇ ਆ ਉਹ ਜ਼ਿਆਦਾਤਰ ਇੱਕ ਕਟਾਈ ਦੇ ਨਾਲੇ ਤੇ ਗੈਰ ਫਲੀਦਾਰ ਚਾਰੇ ਆ, ਜਿਸ ਤਰ੍ਹਾਂ ਮੱਕੀ ਆ, ਚਰੀ ਆ, ਬਾਜਰਾ ਵਾ, ਨੇਪਰ ਬਾਜਰਾ ਵਾ, ਗਿੰਨੀ ਗਾ, ਇਹ ਸਾਰੇ ਗੈਰ ਫਲੀਦਾਰ ਚਾਰੇ ਆ। ਸਿਰਫ ਗੁਆਰਾ ਤੇ ਲੋਬੀਆ 2 ਫਲੀਦਾਰ ਚਾਰੇ ਨੇ, ਉਹ ਵੀ ਨਾਲ ਆਪਾਂ ਰਲਾ ਕੇ ਬੀਜਦੇ ਆ ਇਹਨਾਂ ਦੇ। ਜਿਵੇਂ ਮੱਕੀ ਦੇ ਵਿੱਚ ਸਾਨੂੰ ਜੇ ਆਪਾਂ ਲੋਬੀਆ ਪਾਵਾਂਗੇ ਤਾਂ ਸੰਤੁਲਿਤ ਜਿਹੜਾ ਹਰਾ ਚਾਰਾ ਪੈਦਾ ਹੋਊਗਾ, ਇਸ ਤਰ੍ਹਾਂ ਚਰੀ ਦੇ ਵਿੱਚ ਆਪਾਂ ਗੁਆਰਾ ਪਾ ਸਕਦੇ ਹਾਂ ਤੇ ਬਾਜਰੇ 'ਚ ਵੀ ਲੋਬੀਆ ਪਾ ਸਕਦੇ ਹਾਂ ਤਾਂ ਜੋ ਸਾਨੂੰ ਸੰਤੁਲਿਤ ਚਾਰਾ ਹੋਵੇ। ਤੇ ਦੂਸਰੇ ਪਾਸੇ ਜਿਹੜੇ ਇਹ ਸੌਣੀ ਦੇ ਚਾਰੇ ਦੇ ਗੈਰ ਹਲੀਦਾਰ ਖਾਸ ਕਰਕੇ ਇਹਨਾਂ ਦੇ ਵਿੱਚ ਇੱਕ ਮਾੜੇ ਤੱਤ ਆਉਂਦੇ ਆ। ਜੇ ਉਹਨਾਂ ਦੀ ਮਾਤਰਾ ਇੱਕ ਡੰਗਰ ਦੀ ਲਿਮਟ ਆ ਉਹਨਾਂ ਨੂੰ ਹਜ਼ਮ ਕਰਨ ਦੀ, ਜੇ ਉਦੋਂ ਵੱਧ ਆ ਗਏ ਤਾਂ ਉਹ ਡੰਗਰ ਸਾਡਾ ਬਿਮਾਰ ਹੋ ਸਕਦਾ। ਜਿਸ ਤਰ੍ਹਾਂ ਚਰੀ ਆ, ਜਿਹੜੀ ਚਰੀ ਦੇ ਵਿੱਚ ਇੱਕ ਤੱਤ ਹੁੰਦਾ ਸਾਇਨਾਈਡ, ਸਾਇਨਾਈਡ ਆ ਜਿਹੜਾ 200 ppm ਤੋਂ ਉੱਤੇ ਜੇ ਡੰਗਰ ਦੇ ਜਾਊਗਾ ਅੰਦਰ ਤਾਂ ਉਹ ਡੰਗਰ ਬਿਮਾਰ ਹੋ ਜਾਂਦਾ, ਜ਼ਹਿਰਵਾ ਹੋ ਸਕਦਾ। ਉਹਨੂੰ ਪਹਿਲਾਂ ਸ਼ੁਰੂ 'ਚ ਉਹਦੀ ਜਿਹੜੀ ਰੂਮਨ ਦੀ pH ਵੈਲਿਊ ਆ ਤੇਜ਼ਾਬੀਪਣ ਬਣਦਾ, ਤੇਜ਼ਾਬੀਪਣ ਬਣਨ ਨਾਲ ਉਹਦੇ ਦੁੱਧ ਦੀ ਪੈਦਾਵਾਰ 'ਤੇ ਘਟਣਾ, ਕਿਉਂਕਿ ਜਿਹੜੀ ਡੰਗਰ ਨੂੰ ਆਪਾਂ ਤਾਕਤ ਦਿੰਦੇ ਹਾਂ ਉਹਨੇ ਦੋ ਥਾਂ ਹੀ ਲਾਉਣੀ ਆ, ਇੱਕ ਖਾਧਾ ਪੀਤਾ ਹਜ਼ਮ ਕਰਨ 'ਤੇ, ਇੱਕ ਦੁੱਧ ਦੇਣ 'ਤੇ। ਸਾਡੀ ਕੋਸ਼ਿਸ਼ ਆ ਵੀ ਵੱਧ ਤੋਂ ਵੱਧ ਤਾਕਤ ਉਹਦੀ ਦੁੱਧ ਦੇਣ 'ਤੇ ਲੱਗੇ, ਘੱਟ ਤੋਂ ਘੱਟ ਹਜ਼ਮ ਹੋਣ 'ਤੇ ਲੱਗੇ। ਜਦੋਂ ਕੋਈ ਵੀ ਮਾੜਾ ਤੱਤ ਆ ਗਿਆ ਜਾਂ ਹਰੇ ਚਾਰੇ ਮਾੜੇ ਆ ਗਏ ਫਿਰ ਉਹਦਾ ਇੱਥੇ ਜ਼ਿਆਦਾ ਤਾਕਤ ਉੱਧਰ ਲੱਗਣੀ ਆ ਅਤੇ ਉਹਨੇ ਦੁੱਧ ਦੇਣ 'ਤੇ ਘੱਟ ਲਾਉਣੀ ਆ। ਇਸ ਕਰਕੇ ਜੇ ਚਰੀ 'ਚ ਜਿਹੜਾ ਸਾਇਨਾਈਡ ਆ ਉਹ ਜਿੰਨੀ ਚਰੀ ਨਰਮ ਹੁੰਦੀ ਆ ਉਹਨਾਂ ਜ਼ਿਆਦਾ ਹੁੰਦਾ, 200 ppm ਤੋਂ ਕਿਲੋ ਵੱਧ ਹੁੰਦਾ, ਅਤੇ ਜਦੋਂ ਚਰੀ 50-55 ਦਿਨ ਦੀ ਹੋ ਜਾਂਦੀ ਆ ਉਦੋਂ ਬਾਅਦ ਉਹ 'ਚ 200 ppm ਤੋਂ ਘੱਟ ਹੁੰਦਾ। ਇਸ ਕਰਕੇ ਜਦੋਂ ਚਰੀ ਆਮ ਤੌਰ 'ਤੇ ਜ਼ਿਮੀਂਦਾਰ ਫਿਰ ਇਹ ਗੱਲ ਕਰਦੇ ਯਾਰ ਵੀ ਚਰੀ ਹੈ ਬੜੀ ਵਧੀਆ ਸੀ ਪਰ ਦੁੱਧ ਫੂਕਤਾ, ਮਸਲਾ ਕੀ ਆ ਵੀ ਉਹਦੇ ਵਿੱਚ ਸਾਇਨਾਈਡ ਵੱਧ ਸੀ। ਇਸ ਕਰਕੇ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵੀ ਜਦੋਂ ਆਪਾਂ ਚਰੀ ਬੀਜੀ ਆ ਤਾਂ ਉਹ 50-55 ਦਿਨ ਤੋਂ ਬਾਅਦ ਹੀ ਕੱਟ ਕੇ ਡੰਗਰਾਂ ਨੂੰ ਪਾਉਣੀ ਚਾਹੀਦੀ ਆ, ਤਾਂ ਜੋ ਸਾਇਨਾਈਡ ਵਾਲਾ ਜਿਹੜਾ ਮਸਲਾ ਉਹ ਸਾਡੇ ਪਸ਼ੂਆਂ 'ਚ ਬਿਮਾਰ ਨਾ ਕਰ ਸਕੇ। ਇਸ ਤਰ੍ਹਾਂ ਬਾਜਰੇ ਦੇ ਵਿੱਚ ਆਕਸਾਲੇਟ ਹੁੰਦਾ, ਬਾਜਰਾ ਔੜ ਝੱਲ ਜਾਂਦਾ, ਲੇਕਿਨ ਜਦੋਂ ਔੜ ਲੱਗਿਆ ਬਾਜਰਾ ਹੁੰਦਾ ਤਾਂ ਉਹਦੇ ਵਿੱਚ ਆਕਸਾਲੇਟ ਉਹਦੀ ਲੋੜ ਤੋਂ ਵੱਧ ਹੋਣ ਕਰਕੇ ਡੰਗਰ ਦੇ ਵਿੱਚ ਜਦ ਪੇਟ ਦੇ ਵਿੱਚ ਆਕਸੈਲਿਕ ਐਸਿਡ ਬਣਦਾ ਤਾਂ ਡੰਗਰ ਸਾਡਾ ਬਿਮਾਰ ਹੋ ਜਾਂਦਾ, ਬਿਮਾਰ ਹੋਣ ਨਾਲ ਦੁੱਧ ਘੱਟ ਜਾਂਦਾ। ਇਸ ਕਰਕੇ ਆਮ ਤੌਰ 'ਤੇ ਆਪਾਂ ਸਾਡੇ ਪੁਰਾਣੇ ਬਜ਼ੁਰਗ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਬਾਜਰਾ ਮੀਂਹ ਪਈ 'ਤੇ ਪਾਉਣਾ ਕਿਉਂਕਿ ਅੱਗੋਂ ਬਾਜਰਾ ਗਰਮਾ ਦੁੱਧ ਫੂਕ ਦੂ। ਮਸਲਾ ਇਹ ਆ ਵੀ ਉਹਦੇ ਵਿੱਚ ਦੁੱਧ ਫੂਕਣ ਦਾ ਕਾਰਨ ਇਹੀ ਸੀ ਵੀ ਉਹਦੇ ਵਿੱਚ ਲੋੜ ਤੋਂ ਵੱਧ ਬੋਡੀ ਵੇਟ ਦੇ ਹਿਸਾਬ ਨਾਲ ਵੱਧ ਆਕਸਾਲੇਟ ਹੋਣ ਕਰਕੇ ਡੰਗਰ ਬਿਮਾਰ ਹੋ ਜਾਂਦਾ ਸੀ ਸਾਡਾ। ਇਸ ਕਰਕੇ ਸਾਨੂੰ ਕਿਉਂਕਿ ਹਰ ਕੋਲੇ ਹੁਣ ਪਾਣੀ ਦਾ ਸਾਧਨ ਆ, ਮੋਟਰਾਂ ਲੱਗੀਆਂ ਹੋਈਆਂ, ਤਕਰੀਬਨ 100% ਹੀ ਜ਼ਮੀਨ ਸਾਡੀ ਪੰਜਾਬ ਦੀ ਪਾਣੀ ਦੇ ਥੱਲੇ ਹੈਗੀ ਆ, ਇਰੀਗੇਟਡ ਏਰੀਆ। ਇਸ ਕਰਕੇ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਵੀ ਬਾਜਰੇ ਨੂੰ ਮਤਲਬ ਪਾਣੀ ਟਾਈਮ ਨਾਲ ਹੀ ਲਾਉਣਾ ਰਹਿਣਾ ਚਾਹੀਦਾ, ਔੜ ਨਹੀਂ ਲੱਗਣ ਦੇਣੀ ਚਾਹੀਦੀ। ਉਦੋਂ ਬਾਅਦ ਜਿਹੜੇ ਕਟਾਈ ਸਿੰਗਲ ਕਟਾਈਆਂ ਵਾਲੇ ਹੈਗੇ ਆ ਹਰੇ ਚਾਰੇ ਸੌਣੀ ਦੇ, ਉਹਨਾਂ ਨੂੰ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਹਰ ਇੱਕ ਦੀ ਕਟਾਈ, ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਘੱਟ ਤੋਂ ਘੱਟ ਰਕਬੇ 'ਚੋਂ, ਘੱਟ ਤੋਂ ਘੱਟ ਟਾਈਮ ਦੇ ਵਿੱਚੋਂ ਵੱਧ ਤੋਂ ਵੱਧ ਹਰੇ ਚਾਰੇ ਲੈ ਲਈਏ, ਕਿਉਂਕਿ ਰਕਬਾ ਪੰਜਾਬ ਥੱਲੇ ਕਣਕ ਝੋਨੇ ਕੋਲੇ ਜ਼ਿਆਦਾ ਹੋਣ ਕਰਕੇ ਵਧਣ ਦੇ ਚਾਂਸ ਘੱਟ ਨੇ। ਇਸ ਟਾਈਮ ਪਰ ਭਾਵੇਂ ਪੰਜਾਬ 'ਚ ਸਾਡੇ ਪਸ਼ੂ ਪਾਲਣ ਵਿਭਾਗ 'ਚ ਚਾਰਾ ਵਿੰਗ ਹੋਣ ਦੇ ਨਾਤੇ ਪੰਜਾਬ ਵਿੱਚ ਤਕਰੀਬਨ 40-50 ਕਿਲੋ ਪਸ਼ੂ ਦੀ ਡੰਗਰ ਦੀ ਰੋਜ਼ਾਨਾ ਹਰੇ ਚਾਰਿਆਂ ਦੀ ਲੋੜ ਦੇ ਮੁਕਾਬਲੇ 30 ਕਿਲੋ ਹਰਾ ਚਾਰਾ ਉਪਲਬਧ ਹੈ। ਪਰ ਜੇ ਇੰਡੀਆ ਲੈਵਲ 'ਤੇ ਦੇਖਦੇ ਹਾਂ ਤਾਂ ਕਈ ਸਟੇਟਾਂ ਇਹੋ ਜਿਹੀਆਂ ਜਿੱਥੇ 1 ਕਿਲੋ ਹੀ ਹਰਾ ਚਾਰਾ ਆਉਂਦਾ, ਜਾਂ ਇੰਡੀਆ ਦੀ ਐਵਰੇਜ ਜੇ ਦੇਖੀਏ ਤਾਂ 4 ਕਿਲੋ ਹੀ ਆਉਂਦੀ ਆ। ਉਹਨਾਂ ਦੇ ਮੁਕਾਬਲੇ ਭਾਵੇਂ ਵਧੀਆ ਪਰ ਫਿਰ ਵੀ ਲੋੜ ਤੋਂ ਸਾਡੇ ਕੋਲ ਜਿਹੜਾ ਘਾਟਾ ਉਹਨੂੰ ਐਡਜਸਟ ਕਰਨ ਲਈ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਘੱਟ ਤੋਂ ਘੱਟ ਸਮੇਂ 'ਚੋਂ, ਘੱਟ ਤੋਂ ਘੱਟ ਏਰੀਏ ਤੋਂ ਵੱਧ ਤੋਂ ਵੱਧ ਹਰਾ ਚਾਰਾ, ਸੰਤੁਲਿਤ ਹਰਾ ਚਾਰਾ ਲੈ ਜਾਈਏ। ਉਸ ਲਈ ਸਾਨੂੰ ਸੌਣੀ ਦੇ ਚਾਰਿਆਂ 'ਚ ਖਾਸ ਕਰਕੇ ਕਟਾਈ ਦਾ ਧਿਆਨ ਰੱਖਣਾ ਪੈਂਦਾ ਵੀ ਤਾਂ ਜੋ ਉਹਦੇ ਵਿੱਚ ਮਾੜੇ ਤੱਤ ਆ ਜਿਹੜੇ ਉਹ ਬਣਾ ਸਕਣ, ਅਤੇ ਨਾਲ ਸਾਨੂੰ ਵੱਧ ਤੋਂ ਵੱਧ ਮੈਕਸੀਮਮ ਹਜ਼ਮ ਹੋਣ ਵਾਲਾ ਹਰਾ ਚਾਰਾ ਉਪਲਬਧ ਹੁੰਦਾ ਹੋਵੇ। ਜਿਹੜਾ ਬਾਜਰਾ ਆਮ ਤੌਰ 'ਤੇ 45 ਦਿਨ ਬਾਅਦ ਕਟਾਈਯੋਗ ਹੋ ਜਾਂਦਾ। ਜਿਸ ਤਰ੍ਹਾਂ ਜਿਵੇਂ ਆਪਾਂ ਕਹਿੰਦੇ ਹਾਂ ਵੀ ਜਦੋਂ ਉਹਦਾ ਗੋਭ 'ਚ ਛਿੱਟਾ ਹੁੰਦਾ ਤਾਂ ਵੱਧ ਤੋਂ ਵੱਧ ਉਹਦੇ ਤੱਤ ਹੁੰਦੇ ਨੇ ਅਤੇ ਵੱਧ ਤੋਂ ਵੱਧ ਸਾਨੂੰ ਹਰਾ ਚਾਰਾ ਮਿਲੂ। ਜੇ ਉਦੋਂ ਅੱਗੋਂ ਵੱਢਾਂਗੇ ਤਾਂ ਪਤਰਾਲ ਹੁੰਦਾ ਕਰਕੇ ਉਹਦਾ ਉਨਾ ਭਾਰ ਨਹੀਂ ਬਣਿਆ ਹੁੰਦਾ, ਸਾਰਾ ਕੁਛ ਆਪਾਂ ਕਰਨਾ ਹੀ ਆ, ਫਿਰ ਤੂੜੀ ਵੱਧ ਵਰਤਣੀ ਪਊ। ਜੇ ਲੇਟ ਹੋਵਾਂਗੇ ਤਾਂ ਉਹ 'ਚ ਫਾਈਬਰ ਵਧੂਗਾ, ਫਾਈਬਰ ਵਧਣ ਨਾਲ ਡੰਗਰ ਨੂੰ ਹਜ਼ਮ ਕਰਨ ਨੂੰ ਜ਼ਿਆਦਾ ਜ਼ੋਰ ਲੱਗੂ, ਫਿਰ ਸਾਡਾ ਦੁੱਧ ਘਟੂਗਾ। ਇਸ ਕਰਕੇ ਬਾਜਰਾ ਜਦੋਂ ਗੋਭ 'ਚ ਆ ਗਿਆ, ਅਤੇ ਮੱਕੀ ਆ ਜਿਹੜੀ ਦੁੱਧ ਦਾਣੇ 'ਚ ਹੋ ਗਈ, ਜਦੋਂ ਉਹ ਤਕਰੀਬਨ 55-60 ਦਿਨ ਦੇ ਆਸ-ਪਾਸ ਜਦੋਂ ਸੂਤ ਕੱਤਦੀ ਆ, ਦੁੱਧ ਦਾਣਾ ਬਣਿਆ ਹੁੰਦਾ, ਉਦੋਂ ਆਪਾਂ ਕੱਟ ਕੇ ਪਾ ਸਕਦੇ ਹਾਂ। ਚਰੀ ਦਾ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਵੀ 55 ਦਿਨ ਤੋਂ ਬਾਅਦ ਹੀ ਪਾਉਣੀ ਚਾਹੀਦੀ ਆ, ਜਦੋਂ ਉਹਦਾ ਛਿੱਟਾ ਨਿਕਲ ਜਾਂਦਾ ਉਹਦਾ ਵੀ ਉਦੋਂ ਪਾਵਾਂਗੇ ਤਾਂ ਇਹਨਾਂ ਦੇ ਵਿੱਚ ਜਿਹੜੇ ਮਾੜੇ ਤੱਤ ਆ ਉਹ ਨਹੀਂ ਖਰਾਬ ਕਰਨਗੇ। ਇਸ ਤਰ੍ਹਾਂ ਜਿਹੜਾ ਵੱਧ ਕਟਾਈ ਵਾਲਾ ਸਾਡੇ ਕੋਲ ਨੇਪੇਰ ਬਾਜਰਾ, ਉਹਦੇ ਵਿੱਚ ਅਸੀਂ ਆਮ ਤੌਰ 'ਤੇ ਕਹਿੰਦੇ ਹਾਂ ਜਦੋਂ ਮੋਢੇ ਆਇਆ ਹੋਇਆ ਜਾਂ ਉਹਦੀ ਸਟੈਮ ਦੀ ਜਦੋਂ 1 ਮੀਟਰ ਹਾਈਟ ਹੁੰਦੀ ਆ ਉਦੋਂ ਪਾਵਾਂਗੇ ਤਾਂ ਉਹ ਵੱਧ ਤੋਂ ਵੱਧ ਤੱਤ ਦਊਗਾ ਸਾਨੂੰ ਪਸ਼ੂਆਂ ਨੂੰ। ਜੇ ਉਹਨੂੰ ਲੇਟ ਕਰਾਂਗੇ ਤਾਂ ਉਹਦੇ ਵਿੱਚ ਉਹੀ ਫਾਈਬਰ ਵਧਣ ਨਾਲ ਆਕਸਾਲੇਟ ਤੱਤ ਆ ਜਿਹੜਾ ਜ਼ਿਆਦਾ ਵੱਧ ਜਾਂਦਾ, ਉਹਦੇ ਵਿੱਚ ਪਸ਼ੂ ਦੀ ਜਿਹੜੀ ਕੈਲਸ਼ੀਅਮ ਆ ਉਹਦੇ ਲੈਵਲ ਨੂੰ ਘਟਾ ਦਿੰਦਾ, ਤਾਂ ਬੰਨ ਪੈਣ ਦਾ ਖਤਰਾ ਪੈਦਾ ਹੋ ਜਾਂਦਾ। ਇਸ ਕਰਕੇ ਉਹਨੂੰ ਆਪਾਂ ਸਹੀ ਸਮੇਂ 'ਤੇ ਹੀ ਵੱਢ ਕੇ ਪਾਈਏ। ਇਸ ਤਰ੍ਹਾਂ ਗਿੰਨੀ ਘਾਹ ਵਾ ਜਿਹੜਾ ਉਹ ਵੀ ਤਕਰੀਬਨ ਮਤਲਬ 1 ਮੀਟਰ ਹਾਈਟ ਤੋਂ ਜਦ ਉੱਤੇ ਹੋ ਜਾਂਦਾ ਉਦੋਂ ਵੱਢ ਲੈ ਕੇ ਪਾ ਲੈਣਾ ਚਾਹੀਦਾ, ਤਾਂ ਜੋ ਜਿੰਨਾ ਉਹਨਾਂ ਵੱਧ ਕਟਾਈਆਂ ਦੇ ਵਾਲਿਆਂ ਨੂੰ ਸਹੀ ਸਮੇਂ 'ਤੇ ਵੱਢਾਂਗੇ ਤਾਂ ਅਸੀਂ ਵੱਧ ਉਸ ਸਮੇਂ 'ਚ ਲੈ ਕੇ ਜਾ ਸਕਦੇ ਹਾਂ। ਤੇ ਆਪਾਂ ਨੂੰ ਡਾਕਟਰ ਸਾਹਿਬ ਹੋਰ ਕੀ ਕੀ ਗੱਲਾਂ ਦਾ ਖਾਦਾਂ ਬਾਰੇ ਜਾਂ ਹੋਰ ਕੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਚਾਹ ਦੇ ਵਿੱਚ ਸਾਵਧਾਨੀਆਂ ਕੀ ਵਰਤਣੀਆਂ ਚਾਹੀਦੀਆਂ? ਬਰਿੰਦਰ ਜੀ, ਸੌਣੀ ਦੇ ਚਾਰਿਆਂ ਬਾਰੇ ਜਿਹਦੀ ਆਪਾਂ ਗੱਲ ਕਰੀ ਆ, ਇਹਦੇ ਵਿੱਚ ਸਾਨੂੰ ਹੋਰ ਖਾਸ ਗੱਲਾਂ ਦਾ ਜਿਹੜੀਆਂ ਧਿਆਨ ਦੇਖਣ ਵਾਲੀਆਂ ਨੇ, ਕਿਉਂਕਿ ਜਿਹੜੇ ਗੈਰ ਫਲੀਦਾਰ ਚਾਰੇ ਆ ਉਹਨਾਂ ਨੂੰ ਯੂਰੀਆ ਖਾਦ ਆ ਜਿਹੜੀ ਨਾਈਟ੍ਰੋਜਨ ਦਾ ਸੋਰਸ ਆ ਉਹ ਆਪਾਂ ਵਰਤਣੀ ਹੁੰਦੀ ਆ। ਪਰ ਮੈਂ ਕਹਿੰਦਾ ਵੀ ਸਾਨੂੰ ਜਿਹੜੀਆਂ ਖਾਦਾਂ ਨੇ ਚਾਰਿਆਂ ਨੂੰ ਖਾਸ ਕਰਕੇ ਉਹ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਮੁਤਾਬਕ ਵਰਤਣੀਆਂ ਚਾਹੀਦੀਆਂ, ਕਿਉਂਕਿ ਜੇ ਯੂਰੀਆ ਖਾਦ ਵੱਧ ਪੈ ਗਈ ਤਾਂ ਉਹਦੇ ਨਾਲ ਨਾਈਟ੍ਰੇਟ ਪੁਆਇਜ਼ਨਿੰਗ ਦਾ ਡਰ ਹੁੰਦਾ ਡੰਗਰ ਨੂੰ। ਇੱਕ ਉਹ ਵੀ ਲੈਵਲ ਆ ਜਿਹੜਾ 2000 ppm ਤੋਂ ਜੇ ਵੱਧ ਡੰਗਰ ਦੇ ਪੱਠਿਆਂ 'ਚ ਜਾਊਗਾ ਤਾਂ ਉਹ ਡੰਗਰ ਸਾਡਾ ਬਿਮਾਰ ਹੋ ਕੇ ਈਵਨ ਨੁਕਸਾਨ ਹੋਣ ਦਾ ਵੀ ਡਰ ਹੁੰਦਾ। ਦੂਸਰੇ ਪਾਸੇ ਜਿਹੜੀ ਆਪਾਂ ਸੌਣੀ ਦੇ ਚਾਰਿਆਂ ਦੀ ਗੱਲ ਕਰੀਏ ਵੀ 15 ਮਾਰਚ ਤੋਂ ਲੈ ਕੇ 15 ਸਤੰਬਰ ਤੱਕ ਬਿਜਾਈ ਦਾ ਸਮਾਂ, ਉਹਦੇ ਵਿੱਚ ਆਮ ਤੌਰ 'ਤੇ ਦੇਖਣਾ ਆ ਵੀ ਜੇ ਆਪਾਂ 15 ਮਾਰਚ ਜਾਂ ਉਧਰ ਸਤੰਬਰ ਮਹੀਨੇ 'ਚ ਮੱਕੀ ਦੀ ਬਿਜਾਈ ਕਰਦੇ ਹਾਂ, ਉੱਥੇ ਇੱਕ ਕੀੜਾ ਸਾਡੇ ਹੌਲੀ ਹੌਲੀ ਘੁੰਮਦਾ ਹੋਇਆ ਸਾਊਥ ਰਾਹੀਂ ਆ ਗਿਆ, ਫਾਲ ਆਰਮੀ ਵਰਮ ਕਹਿੰਦੇ ਆਪਾਂ ਉਹਨੂੰ, ਉਹ ਪੱਤੇ ਖਾਂਦਾ ਬਹੁਤ ਜ਼ਬਰਦਸਤ ਡੰਗਰ ਹਰੇ ਚਾਰੇ ਮੱਕੀ ਦੇ ਖਾਸ ਕਰਕੇ। ਇਸ ਕਰਕੇ ਮੱਕੀ ਦੀ ਇਕੱਲੀ ਬਿਜਾਈ ਕਰਨ ਦੀ ਬਜਾਏ ਉਹਨਾਂ ਦਿਨਾਂ 'ਚ ਮਾਰਚ ਅਤੇ ਉੱਧਰ ਸਤੰਬਰ 'ਚ ਸਾਨੂੰ ਬਾਜਰਾ ਨਾਲ ਵਰਤ ਲੈਣਾ ਚਾਹੀਦਾ। ਜੇ ਮੱਕੀ ਦਾ ਆਪਾਂ 30 ਕਿਲੋ ਤੋਂ ਵੀ ਵੱਧ ਨਹੀਂ ਪਾਉਣਾ ਚਾਹੀਦਾ, ਪਰ ਨਾਲ ਉਹਦੇ ਜੇ 4 ਕਿਲੋ ਬਾਜਰਾ ਪਾ ਲਾਂਗੇ ਤਾਂ ਉਹ ਉਸ ਅਟੈਕ ਆ ਜਿਹੜਾ ਫਾਲ ਆਰਮੀ ਵਰਮ ਕੀੜੇ ਦਾ ਅਟੈਕ ਘੱਟ ਹੋਊ। ਕਿਉਂਕਿ ਸਾਡੀ ਕੋਸ਼ਿਸ਼ ਇਹ ਆ ਵੀ ਆਪਾਂ ਹਰੇ ਚਾਰਿਆਂ 'ਤੇ ਘੱਟ ਤੋਂ ਘੱਟ ਸਪਰੇਅ ਕਰਨੀ ਪਵੇ ਜਾਂ ਸਾਨੂੰ ਨਾ ਹੀ ਸਪਰੇਅ ਕਰਨੀ ਪਵੇ, ਵਧੀਆ ਗੱਲ ਆ। ਇਸ ਕਰਕੇ ਉਹਨੂੰ ਰੋਕਣ ਲਈ ਸਾਡੇ ਕੋਲ ਇਹੀ ਆ ਵੀ ਆਪਾਂ ਬਾਜਰਾ ਜ਼ਰੂਰ ਨਾਲ ਪਾ ਲਈਏ ਮੱਕੀ ਦੇ, ਜਿਹੜੀ ਮਾਰਚ ਜਾਂ ਸਤੰਬਰ 'ਚ ਵੇਚਣੀ ਆ। ਠੀਕ ਹੈ, ਇਹ ਜਿਹੜਾ ਤੁਹਾਨੂੰ ਡੋਜ਼ ਦੱਸੀ ਆ, ਮਤਲਬ 30 ਕਿਲੋ ਮੱਕੀ ਤੇ 4 ਕਿਲੋ ਬਾਜਰਾ, ਇਹ ਪ੍ਰਤੀ ਏਕੜ ਦੀ ਹੈ? ਹਾਂਜੀ, ਇਹ ਏਕੜ ਦੇ ਹਿਸਾਬ ਨਾਲ ਯੂਨੀਵਰਸਿਟੀ ਦੇ ਸਾਰਿਆਂ ਚੀਜ਼ਾਂ ਦੇ ਰੇਟ ਹੁੰਦੇ ਆ। ਆਪਣੇ ਬਾਜਰਾ ਆਮ ਤੌਰ 'ਤੇ ਆਪਾਂ 8 ਕਿਲੋ ਕਿੱਲੇ ਦਾ ਪਾਉਂਦੇ ਹਾਂ, ਚਰੀ 25 ਕਿਲੋ ਪੈਂਦੀ ਆ। ਮੱਕੀ ਆ ਜਿਹੜੀ ਆਮ ਤੌਰ 'ਤੇ ਜ਼ਿਮੀਂਦਾਰ ਭਰਾ ਵੱਧ ਵਰਤਦੇ, ਫਿਰ ਉਹ ਢਹਿ ਜਾਂਦੀ ਹੈ, ਸਾਡੇ ਨੁਕਸਾਨ। ਉਹੀ ਗੱਲ ਆ ਵੀ ਸਾਡਾ ਹਰਾ ਚਾਰੇ ਦੀ ਮਾਤਰਾ ਘਟੂਗੀ ਅਤੇ ਸਹੀ ਸਾਰਿਆਂ ਦੀਆਂ ਆਪਾਂ ਵੀ ਵਰਤਾਂਗੇ ਤਾਂ ਸਾਨੂੰ ਪੂਰੇ ਪੱਠੇ ਮਿਲਣ ਦੀ ਹੋਊਗੀ ਅਤੇ ਵਧੀਆ ਪੱਠੇ ਮਿਲਣਗੇ। ਅਤੇ ਮੱਕੀ ਦੀ ਵੀ ਦੁਬਾਰਾ ਮੱਕੀ ਬਾਜਰੇ ਸਾਰਿਆਂ ਦੀ ਜੇ ਇੱਕ ਵਾਰ ਤੁਸੀਂ ਦੱਸ ਦਿਓ ਵੀ ਕਿੰਨਾ ਬੀਜ ਪਾਉਣਾ ਚਾਹੀਦਾ? ਉਹ ਮੈਂ ਤੁਹਾਨੂੰ ਪਹਿਲਾਂ ਹੀ ਜਿਵੇਂ ਜ਼ਿਕਰ ਕਰ ਚੁੱਕੇ ਆਪਾਂ ਵੀ ਬਾਜਰਾ 8 ਕਿਲੋ 1 ਕਿਲੋ ਕਨਾਲ ਦਾ ਹੀ ਪੈਂਦਾ। ਠੀਕ ਹੈ ਜੀ। ਅਤੇ ਜਿਹੜੀ ਚਰੀ ਆ 25 ਕਿਲੋ 20 ਤੋਂ 25 ਕਿਲੋ ਕਹਿ ਲਈਏ। ਜਿਹੜੀ ਮੱਕੀ ਆ ਉਹ 30-32 ਕਿਲੋ ਕਿੱਲੇ ਦੀ ਵਰਤਣੀ ਚਾਹੀਦੀ ਆ। ਜੇ ਉਹਦੀਆਂ ਜੜ੍ਹਾਂ ਹੁੰਦੀਆਂ ਨੇ ਪੇਰਵਾਜ ਦੀਆਂ, 11,000 ਜੜ੍ਹਾਂ ਹੀ ਲੱਗਦੀਆਂ ਨੇ, ਅਤੇ ਇਹਨਾਂ ਨੂੰ ਜੇ ਉਹ ਸਹੀ ਆਪਾਂ ਸਮੇਂ 'ਤੇ ਸਹੀ ਡੋਜ਼ ਵਰਤਾਂਗੇ, ਦੂਜੇ ਦੀ ਬੀਜ ਦਾ ਮਾਤਰਾ ਸਹੀ ਹੋਊ, ਫਿਰ ਸਾਡੇ ਕੋਲ ਸਹੀ ਪੱਠੇ ਹਰੇ ਚਾਰਾ ਉਹਨਾਂ ਤੋਂ ਮਿਲੂਗਾ ਸਾਨੂੰ। ਜੇ ਵੱਧ ਵਰਤਾਂਗੇ ਤਾਂ ਸਾਨੂੰ ਕੋਈ ਨਾ ਕੋਈ ਹੋਰ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ। ਠੀਕ ਹੈ ਜੀ। ਅਤੇ ਜੇ ਰਲਾ ਕੇ ਬੀਜਣਾ ਤਾਂ ਉੱਥੇ ਆਪਾਂ ਰੇਟ ਘਟਾ ਸਕਦੇ ਹਾਂ, ਮਤਲਬ ਜਿਹੜਾ ਨਾਲ ਬਾਜਰੇ ਦਾ ਜੇ 8 ਕਿਲੋ ਉੱਥੇ 4 ਕਿਲੋ ਕਰ ਲਿਆ। ਜੇ ਆਪਾਂ ਤਿੰਨੇ ਵੀ ਰਲਾਉਣੇ ਹੋਣ ਤਾਂ ਮੱਕੀ 15 ਕਿਲੋ ਕਰ ਲਾਂਗੇ, ਚਰੀ 10 ਕਿਲੋ ਕਰ ਲਾਂਗੇ, 2 ਕਿਲੋ ਬਾਜਰਾ ਕਰ ਲਾਂਗੇ, ਤਿੰਨੇ ਚੀਜ਼ਾਂ ਰਲਾ ਕੇ ਬੀਜਾਂਗੇ ਤਾਂ, ਕਿਉਂਕਿ ਸਾਨੂੰ ਤਾਂ ਹਰਾ ਚਾਰਾ ਚਾਹੀਦਾ ਅਤੇ ਉੱਥੇ ਨਦੀਨ ਘੱਟ ਹੋਣਗੇ। ਜੇ ਸਾਰੀਆਂ ਚੀਜ਼ਾਂ ਰਲਾ ਕੇ ਬਜਾਏ ਇੱਕ ਫਸਲ ਦਾ ਕੋਈ ਘਾਟ ਵਾਧ ਕਰਨ, ਜਿਵੇਂ ਕੀੜੇ ਦੀ ਗੱਲ ਕਰੀਏ ਫਲੇਅਰ ਹੁੰਦੀ ਆ, ਤਾਂ ਦੂਜੀ ਫਸਲ ਨੇ ਸਾਨੂੰ ਨੁਕਸਾਨ ਹੋਣ ਤੋਂ ਬਚਾ ਲੈਣਾ, ਹਰਾ ਚਾਰਾ ਸਾਨੂੰ ਮਿਲ ਜੂਗਾ ਪੂਰਾ। ਠੀਕ ਹੈ ਜੀ। ਅਤੇ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਤੁਹਾਨੂੰ ਬਹੁਤ ਚੰਗੀ ਜਾਣਕਾਰੀ ਸਾਡੇ ਸਰੋਤਿਆਂ ਨੂੰ ਪ੍ਰੋਵਾਈਡ ਕਰਾਈ ਜੀ। ਤੁਸੀਂ ਆਪਣੇ YouTube ਚੈਨਲ ਪੇਂਡੂ ਕਿੱਤੇ ਨਾਲ ਜੁੜੇ ਰਹੋ, ਆਪਾਂ ਹੋਰ ਇਨਫੋਰਮੇਸ਼ਨ ਵੀਡੀਆਂ ਅਤੇ ਨੌਲੇਜ ਦੀਆਂ ਗੱਲਾਂ ਲੈ ਕੇ ਆਉਂਦੇ ਰਹਾਂਗੇ। ਹੁਣ ਆਗਿਆ ਦਿਓ ਜੀ, ਸਤਿ ਸ਼੍ਰੀ ਅਕਾਲ।